ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਆਈ ਹੈ। ਇਸ ਮਹੀਨੇ ਦੇ ਲਗਾਤਾਰ 13 ਦਿਨ ਇਹਨਾਂ ਨੂੰ ਹੋਗੀਆਂ ਹਨ ਛੁੱਟੀਆਂ ਦਾ ਐਲਾਨ ਲੱਗਣ ਗਿਆ ਮੌਜਾਂ ਹੀ ਮੌਜਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਡਿਜੀਟਲ ਬੈਂਕਿੰਗ ਦੇ ਬਦਲਣ ਦੇ ਨਾਲ ਬਹੁਤ ਕੁਝ ਬਦਲ ਗਿਆ ਤੇ ਹੁਣ ਕਈ ਅਜਿਹੀਆਂ ਚੀਜ਼ਾਂ ਹਨ ਜੋ ਬੈਂਕ ਦੀ ਸ਼ਾਖਾ ਦੇ ਜਾਏ ਬਿਨਾ ਵੀ ਕੀਤੀਆਂ ਜਾ ਸਕਦੀਆਂ ਜਦਕਿ ਡਿਜੀਟਲ ਬੈਂਕਿੰਗ ਦੇ ਆਉਣ ਤੋਂ ਪਹਿਲਾਂ ਅਜਿਹਾ ਨਹੀਂ ਸੀ ਫਿਰ ਵੀ ਬੈਂਕਿੰਗ ਦੇ ਨਾਲ ਜੁੜੇ ਕਈ ਕੰਮਾਂ ਲਈ ਬੈਂਕ ਜਾਣਾ ਪੈਂਦਾ ਅਜਿھے ਵਿੱਚ ਜੇਕਰ ਬੈਂਕ ਕਦੇ ਬੰਦ ਹੋ ਜਾਂਦੇ ਹਨ ਤਾਂ ਕੰਮ ਨਹੀਂ ਹੁੰਦਾ ਸੀ ਜਿਸ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪਰ ਡਿਜੀਟਲ ਬੈਂਕਿੰਗ ਨੇ ਆਮ ਲੋਕਾਂ ਦੇਲੀ ਬੈਂਕ ਦੇ ਨਾਲ ਜੁੜੇ ਕੰਮ ਨੂੰ ਆਸਾਨ ਬਣਾ ਦਿੰਦਾ ਹੈ ਤੇ ਹੁਣ ਤੁਸੀਂ ਬੈਂਕ ਦੇ ਨਾਲ ਜੁੜੇ ਸਾਰੇ ਕੰਮ ਮਿੰਟਾਂ ਦੇ ਵਿੱਚ ਘਰ ਬੈਠੇ ਕਰ ਸਕਦੇ ਹੋ ਹਾਲਾਂਕਿ ਹਜੇ ਵੀ ਕੁਝ ਨੌਕਰੀਆਂ ਹਨ ਜਿਨ੍ਹਾਂ ਦੇ ਲਈ ਤੁਹਾਨੂੰ ਬੈਂਕ ਜਾਣਾ ਪੈਂਦਾ ਹੈ ਤੇ ਉਦਾਹਰਨ ਦੇ ਲਈ ਤੁਹਾਨੂੰ ਚੈੱਕ ਕਲੀਅਰੈਂਸ ਜਾਂ ਕੇ ਵੀ ਆਈ ਸੀ ਦੇਲੀ ਬੈਂਕ ਦੇ ਸ਼ਾਖਾ ਦੇ ਵਿੱਚ ਜਾਣਾ ਪਵੇਗਾ ਤੇ ਅਜਿਹੀ ਸਥਿਤੀ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੈਂਕ ਕਦੋਂ ਖੁੱਲੇਗਾ ਕਦੋਂ ਬੰਦ ਹੋਵੇਗਾ ਫਰਵਰੀ ਦਾ ਮਹੀਨਾ ਲਗਭਗ ਖਤਮ ਹੋ ਚੁੱਕਿਆ ਤੇ ਇਸ ਲਈ ਅਸੀਂ ਤਹਾਨੂੰ ਮਾਰਚ ਮਹੀਨੇ ਦੀਆਂ ਬੈਂਕ ਛੁੱਟੀਆਂ ਬਾਰੇ ਜਾਣਕਾਰੀ ਦੇਣ ਰਹੇ ਹਾਂ ਮਾਰਚ ਦੇ ਵਿੱਚ ਹਫਤਾਵਾਰੀ ਛੁੱਟੀਆਂ ਸਮੇਤ ਵੱਖ-ਵੱਖ ਜੁਨਾ ਦੇ ਵਿੱਚ ਕੁੱਲ 13 ਦਿਨ ਬੈਂਕ ਬੰਦ ਰਹਿਣਗੇ ਆਰਬੀ ਦੇ ਅਨੁਸਾਰ ਤਿਹਾਰਾਂ ਦੇ ਹੋਰ ਵਿਸ਼ੇਸ਼ ਮੌਕਿਆਂ ਦੇ ਕਾਰਨ ਮਾਰਚ ਮਹੀਨੇ ਵਿੱਚ ਵੱਖ-ਵੱਖ ਜੁਨਾ ਵਿੱਚ ਕੁੱਲ 7 ਦਿਨ ਦੇਲੇ ਬੈਂਕ ਬੰਦ ਰਹਿਣਗੇ ਇਸ ਤੋਂ ਇਲਾਵਾ ਹਰ ਮਹੀਨੇ ਦੇ ਐਤਵਾਰ ਅਤੇ ਦੂਜੇ ਸ਼ਨੀਵਾਰ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ